ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਕੇਸ ਦਰਜ ਕੀਤਾ ਗਿਆ ਹੈ। ਉਸ ਦੇ ਖਿਲਾਫ ਲਗਾਤਾਰ ਪੰਜਾਬ ਭਰ ਵਿੱਚ ਅੱਜ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਤਾਂ ਤਸਵੀਰਾਂ ਨੂੰ ਦਿਖਾ ਦਿੰਦੇ ਹਾਂ, ਅੰਮ੍ਰਿਤਸਰ ਦੀਆਂ ਨੇ, ਜਿੱਥੇ ਕਿ ਕਚਹਿਰੀ ਚੌਂਕ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਤਿੱਖਾ ਰੋਸ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਹੈ। ਔਰ ਲਗਾਤਾਰ ਇਹੀ ਆਖਿਆ ਜਾ ਰਿਹਾ ਪੰਜਾਬ ਸਰਕਾਰ ਨੇ ਸਿਆਸੀ ਬਦਲਾ ਖੋਰੀ ਦੇ ਭਾਵਨਾ ਨੂੰ ਮੁੱਖ ਰੱਖਦੇ ਹੋਇਆ ਹੀ ਜਿਹੜਾ ਬਿਕਰਮ ਸਿੰਘ ਮਜੀਠੀਆ ਤੇ ਨਜਾਇਜ਼ ਪਰਚਾ ਦਰਜ ਕੀਤਾ ਹੈ। ਔਰ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਅਤੇ ਵਰਕਰਾਂ ਵੱਲੋਂ ਇਹੀ ਆਖਿਆ ਜਾ ਰਿਹਾ ਵੀ ਇਹ ਬਿਕਰਮ ਸਿੰਘ ਮਜੀਠੀਆ ਤੇ ਝੂਠਾ ਪਰਚਾ ਦਰਜ ਕੀਤਾ ਗਿਆ। ਔਰ ਪੰਜਾਬ ਸਰਕਾਰ ਨੇ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਗੰਨਾ ਕਿਸਾਨਾਂ ਦੀ ਵੀ ਬਾਂਹ ਫੜੀ ਹੈ। ਪਹਿਲਾਂ ਸਰਕਾਰ ਦੇ ਵੱਲੋਂ ਗੰਨੇ ਦੀਆਂ ਕੀਮਤਾਂ ਨੂੰ 310 ਤੋਂ 360 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਤੇ ਵਧਾਈਆਂ ਗਈਆਂ ਕੀਮਤਾਂ ਦੇ ਬਾਅਦ ਜਦੋਂ ਪ੍ਰਾਈਵੇਟ ਮਿੱਲਾਂ ਨੇ ਇਹ ਵਾਧਾ ਦੇਣ ਤੋਂ ਹੱਥ ਖੜੇ ਕਰ ਦਿੱਤੇ ਤਾਂ SAP ਤੇ ਵਧਾਏ ਗਏ 50 ਰੁਪਏ ਵਿੱਚੋਂ 35 ਰੁਪਏ ਸਰਕਾਰ ਨੇ ਖੁਦ ਦੇਣ ਦੀ ਪ੍ਰਵਾਨਗੀ ਦਿੱਤੀ ਹੈ। ਇੱਥੇ ਨਹੀਂ, ਇਹ ਰਕਮ ਸਿੱਧੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਅਦਾ ਕੀਤੀ ਜਾ ਰਹੀ ਹੈ। ਗੰਨਾ ਕਾਸ਼ਤਕਾਰ, ਸਰਕਾਰ ਨੇ 50 ਰੁਪਿਆ ਰੇਟ ਵਧਾਇਆ ਸੀ, ਮਿੱਲ ਵਾਲੇ ਕਹਿੰਦੇ ਜੀ ਅਸੀਂ ਇੰਨਾ ਪੈਸਾ ਨਹੀਂ ਦੇ ਸਕਦੇ। ਕਿਸਾਨ ਯੂਨੀਅਨ ਆਈਆਂ ਮੇਰੇ ਪਾਸੇ ਜੀ ਗੰਨੇ ਦੇ ਮਿੱਲ ਚਾਲੂ ਕਰੋ, ਹੋ ਨਹੀਂ ਰਹੇ। ਅਸੀਂ 50 ਰੁਪਈਏ ਜੋ 35 ਰੁਪਏ ਸਰਕਾਰ ਨੇ ਚੱਕ ਲਿਆ ਕਿ 35 ਰੁਪਈਏ ਸਰਕਾਰ ਦੇਵੇਗੀ, ਆਹ ਨਾਲ ਨੋਟਿਸ ਲੱਗਿਆ ਵੈ ਗੰਨਾ ਮਿੱਲ ਚਾਲੂ ਹੋ ਰਹੇ, ਕਿਤੇ ਕੋਈ ਦਿੱਕਤ ਨਹੀਂ। ਮੈਂ ਉਹ ਨਹੀਂ ਕਰਿਆ ਕਿ ਪਹਿਲਾਂ ਹੜਤਾਲ ਆ ਦੇਖਾਂ ਵੀ ਹੁੰਦੀਆਂ ਕਿ ਨਹੀਂ, ਕਿਸਾਨ ਆਏ ਉਹਨਾਂ ਦੇ ਨਾਲ ਦੀ ਨਾਲ ਪਾਸ। ਗੰਨਾ ਉਤਪਾਦਕ ਕਿਸਾਨਾਂ ਤੋਂ ਲੈ ਕੇ ਸ਼ੂਗਰ ਮਿੱਲਾਂ ਤੱਕ ਲਈ ਪੰਜਾਬ ਸਰਕਾਰ ਲਗਾਤਾਰ ਬਿਹਤਰ ਕਦਮ ਚੁੱਕ ਰਹੀ ਹੈ। ਪੰਜਾਬ ਸਰਕਾਰ ਲੋਕਾਂ ਦੀ ਸਰਕਾਰ। ਇਸ ਪਰਚੇ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ, ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ। ਔਰ ਪੰਜਾਬ ਭਰ ਵਿੱਚ ਰੋਸ ਧਰਨੇ ਜਿਹੜੇ ਨੇ ਅੱਜ ਦਿੱਤੇ ਜਾ ਰਹੇ ਨੇ। ਮੰਗ ਇਹੀ ਹੈ ਵੀ ਜਿਹੜਾ ਬਿਕਰਮ ਸਿੰਘ ਮਜੀਠੀਆ ਤੇ ਨਜਾਇਜ਼ ਪਰਚਾ ਦਰਜ ਕੀਤਾ ਗਿਆ ਉਹ ਪਰਚਾ ਜਿਹੜਾ ਉਹ ਰੱਦ ਕੀਤਾ ਜਾਵੇ, ਕਿਉਂਕਿ ਬਿਕਰਮ ਸਿੰਘ ਮਜੀਠੀਆ ਇੱਕ ਪਾਕ ਤੇ ਸਾਫ ਛਵੀ ਦੇ ਮਾਲਕ ਨੇ। ਔਰ ਇਸੇ ਤਹਿਤ ਦੇਖ ਸਕਦੇ ਹੋ ਸਟੇਜ ਤੇ ਅਕਾਲੀ ਲੀਡਰਸ਼ਿਪ, ਜਿਸ ਵਿੱਚ ਸਾਬਕਾ ਮੰਤਰੀ ਅਨਿਲ ਜੋਸ਼ੀ, ਤਲਵੀਰ ਸਿੰਘ ਗਿੱਲ, ਡਾਕਟਰ ਦਲਬੀਰ ਸਿੰਘ ਵੇਰਕਾ, ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਦੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਵੀ ਇੱਥੇ ਪਹੁੰਚੇ ਹੋਏ ਨੇ। ਔਰ ਮੰਗ ਕੀਤੀ ਜਾ ਰਹੀ ਹੈ ਜਿਹੜਾ ਵੀ ਸਿਆਸੀ ਬਦਲਾ ਖੋਰੀ ਨੂੰ ਧਿਆਨ ਵਿੱਚ ਰੱਖ ਕੇ ਬਿਕਰਮ ਸਿੰਘ ਮਜੀਠੀਆ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹ ਜਿਹੜਾ ਪਰਚਾ ਦਰਜ ਕੀਤਾ ਗਿਆ ਬਿਕਰਮ ਸਿੰਘ ਮਜੀਠੀਆ ਤੇ ਉਸ ਨੂੰ ਖਾਰਜ ਕੀਤਾ ਜਾਵੇ, ਜਿਸ ਦੇ ਤਹਿਤ ਪੰਜਾਬ ਭਰ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਰੋਸ ਧਰਨੇ ਦਿੱਤੇ ਜਾ ਰਹੇ ਨੇ। ਜਿਸ ਦੀ ਲੜੀ ਤਹਿਤ ਅੱਜ ਅੰਮ੍ਰਿਤਸਰ ਵਿਖੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰ ਜਿਹੜੇ ਨੇ ਉਹ ਇਕੱਠੇ ਹੋਏ ਨੇ। ਕੈਮਰਾ ਪਰਸਨ ਮੁਕੇਸ਼ ਪਵਨ, ਸਿਕੰਦਰ ਪਸਰੀਚਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਕੇਸ ਦਰਜ ਕੀਤਾ ਗਿਆ। ਉਸ ਦੇ ਖਿਲਾਫ ਲਗਾਤਾਰ ਪੰਜਾਬ ਭਰ ਵਿੱਚ ਅੱਜ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਤਾਂ ਤਸਵੀਰਾਂ ਨੂੰ ਦਿਖਾ ਦਿੰਦੇ ਹਾਂ, ਅੰਮ੍ਰਿਤਸਰ ਦੀਆਂ ਨੇ, ਜਿੱਥੇ ਕਿ ਕਚਹਿਰੀ ਚੌਂਕ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਤਿੱਖਾ ਰੋਸ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ। ਔਰ ਲਗਾਤਾਰ ਇਹੀ ਆਖਿਆ ਜਾ ਰਿਹਾ ਪੰਜਾਬ ਸਰਕਾਰ ਨੇ ਸਿਆਸੀ ਬਦਲਾ ਖੋਰੀ ਦੇ ਭਾਵਨਾ ਨੂੰ ਮੁੱਖ ਰੱਖਦੇ ਹੋਇਆ ਹੀ ਜਿਹੜਾ ਬਿਕਰਮ ਸਿੰਘ ਮਜੀਠੀਆ ਤੇ ਨਜਾਇਜ਼ ਪਰਚਾ ਦਰਜ ਕੀਤਾ ਹੈ। ਔਰ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਅਤੇ ਵਰਕਰਾਂ ਵੱਲੋਂ ਇਹੀ ਆਖਿਆ ਜਾ ਰਿਹਾ ਵੀ ਇਹ ਬਿਕਰਮ ਸਿੰਘ ਮਜੀਠੀਆ ਤੇ ਝੂਠਾ ਪਰਚਾ ਦਰਜ ਕੀਤਾ ਗਿਆ। ਔਰ ਇਸ ਪਰਚੇ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ, ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ। ਔਰ ਪੰਜਾਬ ਭਰ ਵਿੱਚ ਰੋਸ ਧਰਨੇ ਜਿਹੜੇ ਨੇ ਅੱਜ ਦਿੱਤੇ ਜਾ ਰਹੇ ਨੇ। ਮੰਗ ਇਹੀ ਹੈ ਵੀ ਜਿਹੜਾ ਬਿਕਰਮ ਸਿੰਘ ਮਜੀਠੀਆ ਤੇ ਨਜਾਇਜ਼ ਪਰਚਾ ਦਰਜ ਕੀਤਾ ਗਿਆ ਉਹ ਪਰਚਾ ਜਿਹੜਾ ਉਹ ਰੱਦ ਕੀਤਾ ਜਾਵੇ, ਕਿਉਂਕਿ ਬਿਕਰਮ ਸਿੰਘ ਮਜੀਠੀਆ ਇੱਕ ਪਾਕ ਤੇ ਸਾਫ ਛਵੀ ਦੇ ਮਾਲਕ ਨੇ। ਔਰ ਇਸੇ ਤਹਿਤ ਦੇਖ ਸਕਦੇ ਹੋ ਸਟੇਜ ਤੇ ਅਕਾਲੀ ਲੀਡਰਸ਼ਿਪ, ਜਿਸ ਵਿੱਚ ਸਾਬਕਾ ਮੰਤਰੀ ਅਨਿਲ ਜੋਸ਼ੀ, ਤਲਵੀਰ ਸਿੰਘ ਗਿੱਲ,
डॉक्टर दलबीर सिंह वेरका जिला प्रधान गुरु प्रताप सिंह टिक्का के नाल नाल श्रोमणी गुरुद्वारा प्रबंधक कमेटी के मैंबर साहबान भी इतने पहुंचे हुए ने और मांग की जा रही है जिहड़ा भी सियासी बदला खोने की ध्यान रख के बिक्रम सिंह मजीठिया निशाना बनाया जा रहा है वो जरा परचा दर्ज किया गया बिक्रम सिंह मजीठिया से उस खारिज किया जाए जिस तहत पंजाब भर में अज श्रोमणी अकाली दल बादल वालों रोष दिखाए जा रहे हैं जिस लड़ी तहत अज अमृतसर विखे भी हजारों की गिनती अकाली दल के वर्कर जो ने वह इकट्ठे हुए ने कैमरा पर्सन मुकेश पवन सिकंदर सरीचा दैनिक सवेरा टीवी अमृतसर। श्रोमणी अकाली दल बादल के सीनियर आगू और सबका मंत्री बिक्रम सिंह मजीठिया से केस दर्ज किया गया उसके खिलाफ लगातार पंजाब भर में अज रोष प्रदर्शन किए जा रहे हैं। तस्वीर दिखा रहे हैं अमृतसर दिया ने जिथे की कचहरी चौंक में श्रोमणी अकाली दल बादल वालों तिखा रोष प्रदर्शन जरा वो किया जा रहा है और लगातार यही आख्या जा रहा है पंजाब सरकार ने सियासी बदला खोरी के भावना मुख रखते हुए ही जरा बिक्रम सिंह मजीठिया से नजायज परचा दर्ज किया है और लगातार श्रोमणी अकाली दल बादल दे आगू अते वर्करा वालों यही आख्या जा रहा है भी ये बिक्रम सिंह मजीठिया से झूठा परचा दर्ज किया गया और इस परचे को रद्द करने की मांग की जा रही। तुम देख सकते हो हजारों की गिनती में अकाली दल के वर्कर जड़े ने इतने पहुंचे हुए ने और पंजाब भर में रोष धरने जड़े ने अज दिते जा रहे हैं। मांग यही है भी जो बिक्रम सिंह मजीठिया से नजायज परचा दर्ज किया गया वो परचा जरा वो रद्द किया जाए क्योंकि बिक्रम सिंह मजीठिया एक पाक के साफ छवि के मालक ने और इस तहत देख सकते हो स्टेज से अकाली लीडरशिप जिस विच सबका मंत्री अनिल जोशी तलबीर सिंह गिल डॉक्टर तलबीर सिंह वेरका जिला प्रधान गुरु प्रताप सिंह टिक्का के नाल नाल श्रोमणी गुरुद्वारा प्रबंधक कमेटी के मैंबर साहबान भी इतने पहुंचे हुए ने और मांग की जा रही है जिहड़ा भी सियासी बदला खोने की ध्यान में रख के बिक्रम सिंह मजीठिया निशाना बनाया जा रहा है वो जरा परचा दर्ज किया गया बिक्रम सिंह मजीठिया से उस खारिज किया जाए जिस तहत पंजाब भर में अज श्रोमणी अकाली दल बादल वालों रोष दिखाए जा रहे हैं जिस लड़ी तहत अज अमृतसर विखे भी हजारों की गिनती में अकाली दल के वर्कर जो ने वो इकट्ठे हुए ने कैमरा पर्सन मुकेश पवन सिकंदर सरीचा दैनिक सवेरा टीवी अमृतसर। अलीशा बेगम एक औरत का दुख एक औरत ही समझ सकती है। रूहानी अते काली शक्तियां दी मालकन दुनिया दा सब तो चमत्कारी इल्म मेरे कोल है। मेरे कीते नू कोई कट नहीं सकदा। काला इल्म करना अते तोड़ना हर एक दे बस दी गल नहीं। परेशानी जिवें लव मैरिज पति पत्नी च झगड़ा सौतन दुश्मन तो छुटकारा तलाक केस बुरे सपने विदेश यात्रा बुरी संगत जां नशा छुड़ाना बीमारी च दवा ना लगना वशीकरण एक सच्चाई है। वशीकरण करवाओ मन चाह प्यार पाओ। की तुहाडी किस्मत च लॉटरी दा योग है जां नहीं सच्चाई जानो। लॉटरी नंबर पाओ भावें 649 होवे जां लोटो मैक्स 11 घंटे च करवाओ हर परेशानी दा हल घर बैठे। अष्टाम पेपर ते लिख के लवो कम दी गारंटी कहने तो बाहर है तुरंत संपर्क करो तुहाडी हर गल गुप्त रखी जाएगी। अलीशा बेगम। वर्ल्ड फेमस बाबा सलीम खान 21 बार गोल्ड मेडलिस्ट सारियां थावां तो निराश अते मायूस होने वाले एक बार फोन जरूर करो जिवें चाहोगे ओवें होएगा। इट्स माय प्रॉमिस इमीडिएटली रिजल्ट ओपन चैलेंज इल्मा दे माहिर ए टू जेड समस्यावां दा फोन ते घर बैठे करवाओ हल। वशीकरण अते मुठकरनी लव मैरिज सौतन अते दुश्मन तो छुटकारा पक्का काम पक्का हल 101% गारंटी अष्टाम पेपर समेत सब तो पहला काम करन दा वादा नौकरी प्रमोशन कारोबार च परेशानी घर च झगड़ा कोर्ट केस तलाक प्रॉपर्टी झगड़ा पति पत्नी चनबन जां दुटोना मनमोहणी वशीकरण करवाओ जां तुड़वाओ रुसे नूं मनाओ। हुणे कॉल करो बाबा सलीम खान 98199 37467।